आज तो सिर्फ एक 100 का नोट बचा। मालको अभी हम क्या बचा है? मैं नहीं वोट पाऊंगी। ए कर रहे हो कमाइयां? ओ बेबे हल्ले कमाइयां किथे? हल्ले तो असि पॉलिटिक्स दे विच इन्वेस्टमेंट कर रहे हैं। अज असि 5-7 ब्याहां च गए हैं ते 100-100 रुपया शगन पा के आए हैं। उड़ाई जा दादे दी कमाई। ਹੁਣ ਜਦੋਂ ਬਿੱਲੇ ਬਾਪੂ ਨੇ ਕੁਝ ਕਮਾਇਆ ਹੀ ਨਹੀਂ ਤੇ ਦਾਦੇ ਦੀ ਡਾਣੀ ਆ। ਹਾਂ ਨਾਲੇ ਵੋਟਾਂ ਵੀ ਪੱਕੀਆਂ ਕਰ ਰਿਹਾ। ਵੇ ਮਰ ਜਾਣੇ ਉਹ ਘਰ ਵੀ ਬੈਠਿਆ ਕਰੋ ਕਿਸੇ ਵੇਲੇ। ਤੇਰੀ ਅਮਰੀਕਾ ਵਾਲੀ ਮਾਸੀ ਦਾ ਫੋਨ ਆਇਆ ਸੀ। ਓਏ ਉਹ ਤਾਂ ਬੁਸ਼ ਨੂੰ ਮੇਰੇ ਨਾਲ ਕੋਈ ਕੰਮ ਹੋਣਾ। ਮਾਲਕੋ ਕਹੋ ਤਾਂ ਫੋਨ ਲਾਵਾਂ। ਤੇ ਤੇਰੀ ਮਾਸੀ ਨੇ ਕੁੜੀ ਵੇਖੀ ਏ। ਓਹੋ ਮਾਸੜ ਦਾ ਵਿਆਹ ਲੱਗੀ ਕਰਨ? ਫਿੜੇ ਮੂੰਹ ਤੁਹਾਡਾ ਇਹੋ ਜਿਹਾਂ ਦਾ। ਜੇ ਕਿਉਂ ਉਹਦਾ ਵਸਿਆ ਵਸਿਆ ਘਰ ਲੱਗੇ ਉਜਾੜਨ ਵਾਸਤੇ? ਉਹਨੇ ਤੇਰੇ ਵਾਸਤੇ ਕੁੜੀ ਵੇਖੀ ਏ। ਉਹਨੇ ਕਿਹਾ ਮੈਂ ਕੁੜੀ ਨੂੰ ਇੰਡੀਆ ਭੇਜ ਰਹੀ ਹਾਂ, ਨਾਲੇ ਤੁਹਾਨੂੰ ਪੰਜਾਬ ਦਾ ਸੱਭਿਆਚਾਰ ਦਿਖਾ ਦੇਣਾ, ਨਾਲੇ ਕੀ ਪਤਾ ਤੈਨੂੰ ਪਸੰਦ ਕਰਕੇ ਅਮਰੀਕਾ ਹੀ ਲੈ ਜੇ। ਮਾਲਕੋ ਕੁੜੀ ਕਿੰਨੀ ਬੇਵਕੂਫ ਆ, ਉਹਨੂੰ ਇਹ ਨਹੀਂ ਪਤਾ ਕਿ ਅਮਰੀਕਾ ਤੇ ਪੰਜਾਬ ਦਾ ਕਲਚਰ ਇੱਕੋ ਜਿਹਾ ਹੋ ਗਿਆ। ਬੇਬੇ ਹੁਣ ਮੈਂ ਪੋਲਿਟਿਕਸ ਦੇ ਵਿੱਚ ਇੰਨਾ ਅੱਗੇ ਜਾ ਚੁੱਕਾ। ਇਹ ਮਾਲਕੋ 1 ਕਿਲੋਮੀਟਰ ਅੱਗੇ ਗਿਆ, 2 ਕਿਲੋਮੀਟਰ ਹੀ ਅੱਗੇ ਹਟੇ। ਬੇਬੇ ਮੇਰੇ ਲਈ ਵੀ ਕੋਈ ਕੁੜੀ ਛੁੜੀ ਲੱਭ ਲੈ। ਉਹ ਕੁੜੀਆਂ ਕੜੀਆਂ ਕੋਈ ਨਹੀਂ, ਇੱਕੋ ਕੁੜੀ ਸੀ ਜਿਹੜੀ ਇਹਦੇ ਵਾਸਤੇ ਵੇਖ ਲਈ ਹੈ, ਬਸ ਹੁਣ ਕੋਈ ਕੁੜੀਆਂ ਨਹੀਂ। ਉਹ ਕਿਉਂ ਵੇ? ਹੁਣ ਭਰੂਣ ਹੱਤਿਆ ਜਾਣ ਲੱਗ ਪਈ, ਹੁਣ ਕੁੜੀਆਂ ਕਿੱਥੇ? ਉਹ ਬੇਬੇ ਤਾਂ ਹੀ ਤਾਂ ਮੈਂ ਤੈਨੂੰ ਕਹਿਣਾ ਆ, ਇੱਕ ਵਾਰੀ ਮੈਨੂੰ ਮੰਤਰੀ ਬਣ ਲੈਂਦੇ, ਭਰੂਣ ਹੱਤਿਆ ਕਰਨ ਵਾਲਿਆਂ ਦੇ ਮੈਂ ਵੱਟ ਕੱਢ ਦੂੰ। ਵੇ ਸ਼ੇਖ ਚਲੀਓ, ਵੇ ਸ਼ੇਖ ਚਲੀਓ, ਬੰਦ ਕਰੋ ਗੱਲਾਂ। ਆ ਜਿਹੜੇ ਕੱਪੜੇ ਪਾ ਕੇ ਬੈਠੇ ਹੋਏ ਨਾ, ਬਸ ਉਨੀ ਦੇਰ ਤੱਕ ਹੀ ਮੈਂ ਪਾਣ ਦਿਆਂਗੀ ਜਿੰਨੀ ਦੇਰ ਤੱਕ ਕੁੜੀ ਇੱਥੇ ਨਹੀਂ ਆਉਂਦੀ। ਜਿੱਧਰ ਕੁੜੀ ਇੱਥੇ ਆ ਗਈ, ਤੁਸੀਂ ਇਹ ਕੱਪੜੇ ਨਹੀਂ ਪਾ ਸਕਦੇ। ਕੀ ਖਿਆਲ ਹੈ ਮਾਲਕੋ? ਮੈਂ ਕਹਿੰਦਾ ਬੇਬੇ ਦੀ ਗੱਲ ਮੰਨ ਲੈਨੇ ਆ, ਜਦੋਂ ਤੱਕ ਉਹ ਕੁੜੀ ਨਹੀਂ ਆਉਂਦੀ ਆਪਾਂ ਦੋਨੇ ਜਣੇ ਇਹਨਾਂ ਕੱਪੜਿਆਂ ਦੇ ਵਿੱਚ ਚੋਣ ਪ੍ਰਚਾਰੀ ਕਰ ਲੈਨੇ ਆ।